ਅੱਜ ਤੁਹਾਨੂੰ ਇੱਕ ਅਜਿਹੀ ਚਮਤਕਾਰੀ ਜਗ੍ਹਾ ਬਾਰੇ ਦੱਸਣਾ ਹੈ ਜਿੱਥੇ ਜਾ ਕੇ ਤੁਹਾਡੀ ਪ੍ਰਾਣੀ ਤੋਂ ਪ੍ਰਾਣੀ ਖੰਗ ਬਿਲਕੁਲ ਖਤਮ ਹੋ ਜੂ ਟੀਵੀ ਵਰਗੀਆਂ ਬਿਮਾਰੀਆਂ ਠੀਕ ਹੋਈਆਂ ਨੇ ਮੂੰਹ ਦੇ ਉੱਤੇ ਮੌਕੇ ਹੋ ਜਾਂਦੇ ਨੇ ਉਹਨਾਂ ਦਾ ਬਿਲਕੁਲ ਪੱਕਾ ਹੱਲ ਹੈ ਸਭ ਤੋਂ ਪਹਿਲਾਂ ਲੋਕੇਸ਼ਨ ਹੈ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਆ ਇੱਧਰਲੇ ਪਾਸੇ ਸੜਕ ਬਿੜਲਾਡੇ ਦਵਾਰੀ ਇੱਧਰ ਪਿੰਡ ਆ ਗਿਆ ਟੋਡਰਪੁਰ ਇੱਧਰ ਪਿੰਡ ਆ ਗਿਆ ਰਾਮਗੜ੍ਹ ਸ਼ਾਹਪੁਰੀਆ ਤੇ ਆ ਜਿਹੜੀ ਚਮਤਕਾਰੀ ਜਗ੍ਹਾ ਨੂੰ ਇੱਧਰੋਂ ਰਸਤਾ ਜਾਂਦਾ ਹੈ ਇਹ ਸੋਲਰ ਸਿਸਟਮ ਵੱਲ ਰਸਤਾ ਜਾਂਦਾ ਹੈ ਜੀ ਤੁਹਾਨੂੰ ਚੰਗੇ ਤਰੀਕੇ ਨਾਲ ਸਮਝਾ ਦਿੰਨੇ ਆ ਹੁਣ ਆਪਾਂ ਇ ਇਹ ਰਸਤਾ ਜਾਂਦੇਗਾ ਸੋਲਰ ਸਿਸਟਮ ਵੱਲ ਗੁੰਮਪੀਰ ਦੀ ਇਹ ਜਗ੍ਹਾ ਵਜਦੀ ਹੈ ਦਵਾਰੇ ਫੇਰ ਚੰਗੇ ਤਰੀਕੇ ਨਾਲ ਲੋਕੇਸ਼ਨ ਇੱਕ ਵਾਰੀ ਸਮਝ ਲਓ ਪੰਜਾਬ ਦੇ ਵਿੱਚ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਹੈ ਬੁੜਲਾਡਾ ਤਹਿਸੀਲ ਹੈ ਤੇ ਪਿੰਡ ਤੁਸੀਂ ਟੋਡਰਪੁਰ ਪੁੱਛ ਲਿਓ ਸੈਦਿਆਲੇ ਤੋਂ ਵੀ ਇਹ ਜਿਹੜਾ ਟੋਡਰਪੁਰ ਪਿੰਡ ਹੈ ਲਗਭਗ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੈ ਸਭ ਤੋਂ ਪਹਿਲਾਂ ਜਦੋਂ ਤੁਸੀਂ ਬੁੜਲਾਡੇ ਤੋਂ ਆਉਂਗੇ ਤਾਂ ਕਲਾਣਾ ਪਿੰਡ ਆਊਗਾ ਉਸ ਤੋਂ ਬਾਅਦ ਸਤੀਗੇ ਪਿੰਡ ਆਉਂਦਾ ਹੈ ਸੈਦਿਆਲਾ ਪਿੰਡ ਆਉਂਦਾ ਹੈ ਤੇ ਸਸਪਾਲੀ ਪਿੰਡ ਆਉਂਦਾ ਉਸ ਤੋਂ ਬਾਅਦ ਆਉਂਦਾ ਟੋਡਰਪੁਰ ਪਿੰਡ ਠੀਕ ਹੈ ਇੱਥੇ ਤੁਸੀਂ ਲੋਕੇਸ਼ਨ ਕਿਤੇ ਮਰਜੀ ਸਰਚ ਵੀ ਕਰ ਸਕਦੇ ਹੋ ਤੇ ਇਧਰੋਂ ਤੁਸੀਂ ਆ ਸਕਦੇ ਹੋ ਠੀਕ ਹੈ ਬਡਲਾਡੇ ਤੋਂ ਆਣਾ ਤਾਂ ਵੀ ਬਸਾਂ ਹੁੰਦੀਆਂ ਨੇ ਬਰੇਟਾ ਤੋਂ ਆਣਾ ਤਾਂ ਵੀ ਬਸਾਂ ਹੁੰਦੀਆਂ ਨੇ ਬਰੇਟਾ ਵੀ ਤੁਸੀਂ ਸਰਚ ਕਰ ਸਕਦੇ ਹੋ ਇਹ ਵੀ ਮਾਨਸਾ ਜ਼ਿਲ੍ਹੇ ਦੀ ਇੱਕ ਸ਼ਹਿਰ ਹੈ ਠੀਕ ਹੈ ਬਰੇਟਾ ਤੇ ਇੱਥੇ ਆ ਕੇ ਆ ਜਗਾਂ ਦੇ ਉੱਤੇ ਆ ਕੇ ਤੁਹਾਨੂੰ ਦੱਸ ਦਿੰਨੇ ਵੀ ਕਿਵੇਂ ਤੁਹਾਡੀ ਜਿਹੜੀ ਬਿਮਾਰੀ ਹੈ ਤੁਹਾਡੀ ਜਿਹੜੀ ਪੁਰਾਣੀ ਤੋਂ ਪੁਰਾਣੀ ਖੰਗ ਹੈ ਕਿ ਕੁੱਤਾ ਖੰਗ ਜੀ ਹੋ ਜਾਂਦੀ ਹੈ ਖੰਗ ਤੋਂ ਹੀ ਅੱਗੇ ਟੀਵੀ ਦੀ ਬਿਮਾਰੀ ਸ਼ੁਰੂ ਹੁੰਦੀ ਹੈ ਤੇ ਬਾਬਾ ਜੀ ਨੇ ਵੀ ਦੱਸਿਆ ਵੀ ਟੀਵੀ ਵਰਗੀ ਬਿਮਾਰੀਆਂ ਵੀ ਇੱਥੇ ਬਹੁਤ ਮਰੀਜ਼ਾਂ ਨੇ ਠੀਕ ਹੋਈਆਂ ਨੇ ਖੰਗ ਠੀਕ ਹੱਲ ਹੈ ਕਿਵੇਂ ਤੁਹਾਡੀ ਖੰਗ ਠੀਕ ਹੋਊਗੀ ਪੂਰੀ ਵੀਡੀਓ ਦੇ ਵਿੱਚ ਬਣੇ ਰਹਿਓ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਯਾਰ ਹਰੇਕ ਦਾ ਭਲਾ ਹੋ ਜੇ ਇੱਕ ਆਪਣੇ ਮੂੰਹ ਦੇ ਉੱਤੇ ਮੌਕੇ ਜਿਹੇ ਹੋ ਜਾਂਦੇ ਨੇ ਕਿਸੇ ਕਿਸੇ ਦੇ ਹੱਥਾਂ ਪੈਰਾਂ ਤੇ ਵੀ ਹੋ ਜਾਂਦੇ ਨੇ ਉਹਦਾ ਵੀ ਬਿਲਕੁਲ ਪੱਕਾ ਹੱਲ ਹੈ ਹੁਣ ਤੁਸੀਂ ਕਰਨਾ ਕੀ ਹੈ ਜਦੋਂ ਸਭ ਤੋਂ ਪਹਿਲਾਂ ਇਸ ਚਮਤਕਾਰੀ ਜਗ੍ਹਾ ਦੇ ਉੱਤੇ ਤੁਸੀਂ ਪਹੁੰਚ ਗਏ ਜੇ ਤੁਹਾਨੂੰ ਟੀਵੀ ਵਰਗੀ ਬਿਮਾਰੀ ਦੀ ਕੋਈ ਪ੍ਰੋਬਲਮ ਹੈ ਤੁਹਾਨੂੰ ਕੋਈ ਪ੍ਰਾਣੀ ਤੋਂ ਪ੍ਰਾਣੀ ਖੰਗ ਦੀ ਕੋਈ ਦਿੱਕਤ ਹੈ ਜਾਂ ਤੁਹਾਡੇ ਹੱਥਾਂ ਪੈਰਾਂ ਤੇ ਮੂੰਹ ਦੇ ਉੱਤੇ ਮੌਕੇ ਨੇ ਤਾਂ ਤੁਸੀਂ ਕੀ ਕਰਨਾ ਹੈ ਜੀ ਸਭ ਤੋਂ ਪਹਿਲਾਂ ਤਾਂ ਬਿਲਕੁਲ ਸੱਚੇ ਮਨ ਨਾਲ ਠੀਕ ਹੈ ਉਸ ਪਰਮਾਤਮਾ ਨੂੰ ਯਾਦ ਕਰਕੇ ਇੱਥੇ ਸਭ ਤੋਂ ਪਹਿਲਾਂ ਤਾਂ ਤੁਸੀਂ ਮੱਥਾ ਟੇਕਣਾ ਹੈ ਇੱਥੇ ਮੱਥਾ ਟੇਕ ਲਓ ਪਹਿਲਾਂ ਤੁਸੀਂ ਠੀਕ ਹੈ ਆ ਜਗ੍ਹਾ ਤੇ ਧੂਣਾ ਬਣਿਆ ਹੋਇਆ ਇੱਥੇ ਤੁਸੀਂ ਮੱਥਾ ਟੇਕ ਲਓ ਇਸ ਤੋਂ ਬਾਅਦ ਅੰਦਰਲੇ ਪਾਸੇ ਤੁਸੀਂ ਇੱਥੇ ਮੱਥਾ ਟੇਕ ਲਓ ਠੀਕ ਹੈ ਇੱਥੇ ਤੁਸੀਂ ਸੁੱਖ ਸੁਖ ਲਓ ਵੀ ਜਦੋਂ ਵੀ ਮੇਰੀ ਖੰਗ ਠੀਕ ਹੋ ਗਈ ਜਾਂ ਮੇਰਾ ਟੀਵੀ ਠੀਕ ਦੇ ਉੱਤੇ ਪੈਰਾਂ ਹੱਥਾਂ ਪੈਰਾਂ ਤੇ ਕਿਤੇ ਵੀ ਮੌਕੇ ਨੇ ਉਹ ਜਦੋਂ ਠੀਕ ਹੋ ਗਏ ਬਾਬਾ ਜੀ ਮੈਂ ਤੁਹਾਡੇ ਦਰਵਾਰ ਦੇ ਵਿੱਚ ਆਉਂਗਾ ਸਭ ਤੋਂ ਪਹਿਲਾਂ ਤਾਂ ਲਾਜ਼ਮੀ ਕੀ ਹੈ ਇੱਥੇ ਇੱਕ ਤਾਂ ਨਮਕ ਦੀ ਥੈਲੀ ਚੜਦੀ ਹੈ ਇੱਕ ਚੜਦਾ ਹੈਗਾ ਝਾੜੂ ਇਹ ਚੀਜ਼ਾਂ ਤਾਂ ਤੁਸੀਂ ਰੱਖ ਕੇ ਜਾਣੀਆਂ ਨੇ ਜਦੋਂ ਵੀ ਤੁਹਾਡੀ ਖੰਗ ਠੀਕ ਹੋ ਗਈ ਬਾਕੀ ਤੁਸੀਂ ਹੋਰ ਆਪਦੇ ਵੱਲੋਂ ਸ਼ਰਦਾ ਦੇ ਬਦੋਂ ਕੁਝ ਵੀ ਦੇ ਕੇ ਜਾਣਾ ਉਹ ਵੱਖਰੀ ਗੱਲ ਆ ਨਮਕ ਦੀਆਂ ਥੈਲੀਆਂ ਦੇਖ ਲਓ ਲੋਕਾਂ ਨੇ ਜੜਾਈਆਂ ਹੋਈਆਂ ਨੇ ਝਾੜੂ ਵੀ ਰੱਖੇ ਹੋਏ ਨੇ ਆ ਇੱਥੋਂ ਤੁਸੀਂ ਠਿਕਰੀ ਚੱਕਣੀ ਹੈ ਇੱਕ ਤੇ ਕਰਨਾ ਕੀ ਹੈ ਠਿਕਰੀ ਤੁਸੀਂ ਪੈਰ ਨਾਲ ਚੱਕ ਕੇ ਹੱਥ ਦੇ ਵਿੱਚ ਫੜਨੀ ਹੈ ਹੱਥ ਨਾਲ ਨਹੀਂ ਚੱਕਣੀ ਕਰੇ ਲੈ ਜਾਓ ਇਸ ਠਿਕਰੀ ਨੂੰ ਇਹਨੂੰ ਤਾਂ ਅੱਗੇ ਦੇ ਵਿੱਚ ਪਾ ਕੇ ਗਲ ਦੇ ਵਿੱਚ ਪਾ ਲਓ ਜਦੋਂ ਤੁਹਾਨੂੰ ਖੰਗ ਛਿੜਦੀ ਇਹਨੂੰ ਤੁਸੀਂ ਚੱਟਣਾ ਜਿੰਨੇ ਦਿਨ ਤੁਹਾਡੀ ਖੰਗ ਠੀਕ ਨਹੀਂ ਹੁੰਦੀ ਓਨੇ ਦਿਨ ਇਹਨੂੰ ਗਲ ਦੇ ਵਿੱਚ ਪਾ ਕੇ ਰੱਖਣਾ ਜਦੋਂ ਤੁਹਾਡੀ ਖੰਗ ਠੀਕ ਹੋ ਗਈ ਠਿਕਰੀ ਨੂੰ ਵਾਪਸ ਕੱਚੀ ਲੱਸੀ ਨਾਲ ਧੋ ਕੇ ਐਸੀ ਜਗ੍ਹਾ ਦੇ ਉੱਤੇ ਵਾਪਸ ਰੱਖ ਜੋ ਤੇ ਮੱਥਾ ਟੇਕ ਜੋ ਨਮਕ ਦੀ ਥੈਲੀ ਦਾ ਤੇ ਝਾੜੂ ਦਾ ਹੋਰ ਆਪਦੀ ਸ਼ਰਧਾ ਨਾਲ ਤੁਸੀਂ ਕੁਝ ਵੀ ਇੱਥੇ ਦੇ ਕੇ ਜਾਣਾ ਦੇ ਕੇ ਜਾ ਸਕਦੇ ਹੋ ਬਾਕੀ ਕੋਈ ਹੋਰ ਗੱਲਬਾਤ ਪੁੱਛਣੀ ਇੱਥੇ ਬਾਬਾ ਜੀ ਮੌਜ no yeah. do